ਕਿਹੜੀਆਂ ਕਿਹੜੀਆਂ ਬਿਮਾਰੀਆਂ ਇਹ ਹੈ ਜਿਹਦੇ ਵਿੱਚ ਆਪਾਂ ਦੇਦਾ ਥੋੜਾ ਕਰਦੇ ਆ ਜਾਂ ਆਪਣੇ ਵਾਲ ਅਮਰਤ ਦਵਾਈ ਦਿੰਦੇ ਆ cancer ਹੋ ਗਿਆ ਜੀ ਜਿਵੇਂ ਮਰਜੀ ਕੋਈ ਜਿੱਡੀ ਮਰਜੀ ਭਿਆਨਕ ਤੋਂ ਭਿਆਨਕ ਹੋ ਰਹੀ ਹੈ ਇੱਕ ਆਪਣੇ ਲਹਿਰੇਗਾ ਅੱਗੇ ਦਾ ਕੇਸ ਸੀਗਾ ਜੀ ਉਹਦੀ ਚਮੜੀ 7 ਸਾਲ ਦਾ ਬੈਟ ਦੇ ਉੱਤੇ ਪਿਆ ਸੀਗਾ ਬਿਲਕੁਲ ਗਲ ਗਈ ਸਾਰੇ ਡਾਕਟਰ ਕੋਈ ਵੀ ਉਹਨੂੰ ਕਹਿੰਦਾ ਨਹੀਂ ਸੀ ਠੀਕ ਹੋ ਜੂ ਉਹਦੇ ਉੱਤੇ ਮੇਰਾ 1.5 ਮਹੀਨਾ ਲੱਗ ਗਿਆ ਅਰਦਾਸ ਬੇਨਤੀ ਕਰਦੇ ਨੂੰ ਮਰ ਲਓ ਬਿਲਕੁਲ ਠੀਕ ਆ ਹੁਣ ਹਰਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਕੇ ਆਇਆ ਉਹ ਕਹਿੰਦਾ ਮੇਰੀ ਜਗਮ ਸਾਰੇ ਠੀਕ ਹੋ ਗਏ ਤੇ ਕਿੰਗਲੈਂਡ ਦਾ ਕੇਸ ਆਈ ਡਾਕਟਰਾਂ ਨੇ ਉਹਨੂੰ ਕਹਤੇ ਲੱਤ ਕੱਟਣੀ ਪਊ ਉਹਨੂੰ ਬ੍ਰੇਨ ਟੈਕ ਹੋ ਗਈ ਬੋਲ ਨਹੀਂ ਰਿਹਾ ਸੀਗਾ ਉਹ ਬੋਲਣ ਵੀ ਸਹੀ ਲੱਗ ਗਿਆ ਤੇ ਮੇਰੇ ਕੋਲ ਵੀਡੀਓ ਡੇਲੀ ਉਹਦੀ ਅਰਦਾਸ ਬੇਨਤੀ ਕਰਦਾ ਤਿੰਨ ਮਹੀਨੇ ਹੋ ਗਏ ਮੈਨੂੰ ਅਰਦਾਸ ਬੇਨਤੀ ਕਰਦੇ ਨੂੰ ਤੇ ਡਾਕਟਰਾਂ ਨੇ ਕਹੀ ਉਹਦੀ ਲੱਤ ਕੱਟਣੀ ਪਊ ਮੈਂ ਕਿਹਾ ਵੀ ਨਹੀਂ ਲੱਤ ਕੱਟੇ ਨਹੀਂ ਪੈਂਦੀ 20 ਦਿਨ ਤੁਸੀਂ ਇਹਨੂੰ ਬਚਾ ਲਓ ਡਾਕਟਰਾਂ ਤੋਂ 20 ਦਿਨ ਮੈਂ ਅਰਦਾਸ ਬੇਨਤੀ ਕਰਦਾ ਤੁਸੀਂ 20 ਦਿਨ ਹਸਪਤਾਲ ਜਿਵੇਂ ਮਰਜ਼ੀ ਸਾ ਤੇ ਉਹਦਾ ਜ਼ਖਮ ਬਿਲਕੁਲ ਨਾਰਮਲ ਹੋ ਗਿਆ ਭਰ ਗਿਆ ਹੁਣ ਮਤਲਬ ਠੀਕ ਆ ਲੱਤ ਕੱਟਣ ਤੋਂ ਵੀ ਬਚ ਗਿਆ ਉਹ ਪ੍ਰਮਾਤਮਾ ਨੇ ਉਹਦੀ ਉੱਤੇ ਤੱਕ ਵੀ ਸਹਾਇਤਾ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਨਾ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈਗੀ ਖਾਸ ਕਿਵੇਂ ਹੋਣ ਵਾਲੀ ਹੈਗੀ ਜਿਵੇਂ ਆਪਾਂ ਪਿਛਲੇ ਦਿਨੀ ਕਈ ਵੀਡੀਓ ਪਾਈਆਂ ਸੀਗੀਆਂ ਜੀ ਸਿਹਤ ਦੇ ਰਿਲੇਟਡ ਠੀਕ ਹੈ ਜੀ ਆਪਣੇ ਚੈਨਲ ਦੇ ਉੱਪਰ ਆਪਾਂ ਸਿਹਤ ਦੇ ਰਿਲੇਟਡ ਵੀ ਬੜੀਆਂ ਵੀਡੀਓ ਪਾਉਣੇ ਹੁੰਦੇ ਨੇ ਤੇ ਅੱਜ ਉਹ ਅੱਜ ਸੇਮ ਹੀ ਉਸੇ ਤਰੀਕੇ ਦਾ ਇੱਕ ਆਪਾਂ ਕੇਸ ਲੈ ਕੇ ਆਏਗੇ ਠੀਕ ਹੈ ਜੀ ਆਪਾਂ ਮਾਤਾ ਜੀ ਆਪਣੇ ਨਾਲ ਨੇ ਤੇ ਧੂਰੀ ਸ਼ਹਿਰ ਦੇ ਵਿੱਚ ਆਪਾਂ ਬੈਠਾਂਗੇ ਤੇ ਇਹਨਾਂ ਨੂੰ ਕੁਝ ਸਰੀਰਕ ਪ੍ਰੋਬਲਮਾਂ ਸੀਗੀਆਂ ਜਿਵੇਂ ਕੁਝ ਬੱਦਨ ਦਰਦ ਜਾਂ ਮਤਲਬ ਬਹੁਤ ਪ੍ਰੋਬਲਮਾਂ ਸੀ ਆਪਾਂ ਇਹਨਾਂ ਨਾਲ ਹੀ ਗੱਲਬਾਤ ਕਰਾਂਗੇ ਕੀ 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 ਦਿੱਕਤਾਂ ਸੀਗੀਆਂ ਤੇ ਕਿਵੇਂ ਲੋਟ ਹੋਈਆਂ ਨੇ ਕਿਵੇਂ ਠੀਕ ਹੋਈਆਂ ਨੇ ਨਾ ਕਿੰਨੇ ਦਿਨਾਂ ਦੇ ਵਿੱਚ ਠੀਕ ਹੋਈਆਂ ਨੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਮਾਤਾ ਇਹਨਾਂ ਹੱਸਿਆ ਮਾਦਾ ਜੀ ਸਤਿ ਸ੍ਰੀ ਅਕਾਲ ਮੈਂ ਤੇ ਸਵਾਗਤ ਆ ਤੁਹਾਡਾ ਹੀ ਸਾਡੇ ਚੈਨਲ ਦੇ ਉੱਪਰ ਤੇ ਤੁਹਾਡੇ ਲਈ ਅਸੀਂ ਇਸ ਪਰਪਸ ਲਈ ਆਏ ਜਿਵੇਂ ਭਾਜੀ ਨਾਲ ਸਾਡੀ ਗੱਲਬਾਤ ਹੋਈ ਸੀਗੀ ਜਿਹੜੇ ਡਾਕਟਰ ਨੇ ਜੀ ਤੇ ਆਪਣੇ ਕੀ ਕੀ ਦਿੱਕਤਾਂ ਸੀ ਆਪਣੇ ਸਰੀਰ ਦੇ ਵਿੱਚ ਲੱਤਾਂ ਬਾਹਾਂ ਦੁਖਦੀਆਂ ਸੀ ਬੇ ਜੀ ਨਾ ਕੈਂਸਰ ਦਾ ਸੀ ਸ ਲੱਤਾਂ ਬਾਹਾਂ ਦੁਖਦੀਆਂ ਸੀ ਤੇ ਹੋਰ ਹੀ ਢੂਹੀ ਵੀ ਬਹੁਤ ਦੁਖਦੀ ਸੀ ਸ ਲੱਤਾਂ ਬਾਹਾਂ ਦੁਖਦੀਆਂ ਸੀ ਢੂਹੀ ਦੁਖਦੀ ਸੀ ਤੇ ਕੈਂਸਰ ਦੀ ਪ੍ਰੋਬਲਮ ਸੀ ਜੀ ਤੇ ਕਿੰਨੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਆਪਾਂ ਨੂੰ ਰਹੀ ਗਈ 2-3 ਸਾਲ ਹੋ ਗਏ 2-3 ਸਾਲ ਹੀ ਤੇ ਦਰਦ ਪੇਨ ਕਿੰਨਾ ਕੁ ਸੀ ਹਾਂ ਸਾਹ ਹੁੰਦਾ ਬਹੁਤ ਜਿਆਦਾ ਹੁੰਦਾ ਤੇ ਮਤਲਬ ਉਹੀ ਗੱਲ ਕਹਿ ਰਹੇ ਨੇ ਜਿਵੇਂ ਬੈੱਡ ਤੇ ਪਿੱਠ ਨਹੀਂ ਲੱਗਦੀ। ਨਾ ਮੇਰੀ ਲੱਗਦੀ। ਨਾ ਜੀ। ਦੇਖੋ ਜੀ ਮਤਲਬ ਵੀ ਐਦਾਂ ਦੇ ਹੋਰ ਬਹੁਤ ਕਈ ਕੇਸ ਨੇ ਜਿਵੇਂ ਗੱਲ ਕਰ ਲਈ ਮਾਤਾ ਜੀ ਕਹਿੰਦੇ ਨੇ ਯਾਰ ਕੈਂਸਰ ਦੀ ਦਿੱਕਤ ਸੀਗੀ ਨਾ ਤੇ ਕੋਈ ਬदन ਦਾ ਲੱਤਾਂ ਦਰਦ ਰਹਿੰਦੀਆਂ ਸੀਗੀਆਂ ਤੇ ਇੱਕ ਠੀਕ ਕਿਵੇਂ ਹੋਈ ਕਿਸ ਤਰੀਕੇ ਨਾਲ ਠੀਕ ਹੋਈ? ਇਹ ਥੋੜੇ ਨਾਲ ਠੀਕ ਹੋਈ। ਥੋੜੇ ਨਾਲ। ਹਾਂ ਮਾਪੇ ਥੋੜੇ। ਇਹ ਕਿੱਥੋਂ ਪਾਇ ਸੀ? ਇੱਥੋਂ ਹੀ ਧੂਰੀ ਚੋਂ। ਧੂਰੀ ਤੋਂ। ਤੇ ਦੇਖੋ ਜੀ ਇਹ ਕਹਿੰਦੇ ਥੋਲਿਆਂ ਨਾਲ ਠੀਕ ਹੋਇਆਗੇ ਤੇ ਬਾਕੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੇ ਭਾਈ ਸਾਹਿਬ ਜੀ ਨਾਲ ਥੋਲੇ ਪਾਏ ਨੇ ਨਾ ਹੀ ਤੇ ਦੇਖੋ ਥੋਲੇ ਦੇ ਵਿੱਚ ਕੀ ਹੁੰਦਾਗਾ ਉਹ ਵੀ ਆਪਾਂ ਜਾਣੂ ਕਰਾਂਗੇ ਉਹਨਾਂ ਤੋਂ ਗੱਲਬਾਤ ਕਰਾਂਗੇ ਕੀ ਉਹਦੇ ਵਿੱਚ ਕੀ ਸ਼ਬਦ ਹੁੰਦੇ ਨੇ ਨਾ ਚਲੋ ਸ਼ਬਦ ਨਹੀਂ ਦੱਸੇ ਜਾਂਦੇ ਹੁੰਦੇ ਪਰ ਇੱਕ ਥੋਲਾ ਕੀ ਚੀਜ਼ ਹੁੰਦੀ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਇਹਦੇ ਵਿੱਚ ਜਿਵੇਂ ਹੁਣ ਤੱਕ ਤੁਹਾਨੂੰ ਕੀ ਕੀ ਜ਼ਿਆਦਾ ਪ੍ਰੋਬਲਮ ਆਈਆਂ ਨੇ ਮੇਜਰ ਜਿਵੇਂ ਜੀ ਤੁਸੀਂ ਦੱਸ ਸਕਦੇ ਹੋ ਸਾਰੀ ਇਹੀ ਆਈਆਂ ਨੇ ਵੀ ਬਸ ਲੱਤਾਂ ਵਾਂਗੀਆਂ ਦੀਆਂ ਆਈਆਂ ਨੇ ਉਹ ਬੁਖਾਰ ਬਖੂਰ ਨਹੀਂ ਮੈਨੂੰ ਕਦੇ ਚੜ੍ਹਿਆ ਠੀਕ ਹੈ ਜੀ ਹਾਂ ਬਸ ਟੂਹੀ ਤੇ ਪੈਰਾਂ ਦੀ ਤਾਂ ਮੇਰੇ ਜਾਨ ਹੀ ਨਿਕਲ ਜਾਂਦੀ ਸੀ ਤੇ ਹੁਣ ਜਿਵੇਂ ਜਦੋਂ ਕਈ ਵਾਰ ਕਿਤੇ ਜਾਣਾ ਆਉਣਾ ਹੁੰਦਾ ਸੀਗਾ ਉਦੋਂ ਐ ਹੁੰਦਾ ਸੀਗਾ ਜੀ ਵੀ ਅਸੀਂ ਵੀ ਰਹਿ ਨਹੀਂ ਲਈਏ ਹਾਂ ਜੀ ਵੀ ਜਾਈਏ ਨਾ ਹੁਣ ਵੀ ਮੈਨੂੰ ਐ ਲੱਗਦਾ ਵੀ ਐਸੀ ਆ ਕਰਾਉਣੀ ਚਾਹੀਦੀ ਸਕ੍ਰੀਨ ਜੀ ਜਿਹੜੀ ਸਾਰੇ ਵਿੱਚ ਲੰਗਾਉਂਦੇ ਨੇ ਹਾਂ ਜੀ ਹਾਂ ਜੀ ਇਹ ਬਾਬੇ ਜੀ ਕਹਿੰਦੇ ਵੀ ਕਰਾਓ ਨਾ ਤੁਸੀਂ ਠੀਕ ਹੈ ਜੀ ਵੀ ਕਨੋਨਾ ਟੈਸਟ ਵੀ ਕਰਾਓ ਸਾਨੂੰ ਇਹ ਵੀ ਗੱਲ ਕਹੀ ਆ ਠੀਕ ਹੈ ਜੀ ਭਾ ਅੱਜ ਮੇਰੇ ਭਾਨ ਜੀ ਓ ਮੈਗਾ ਹੀ ਨਹੀਂ ਹੈ ਜੀ ਮੈਂ ਖਭੀ ਚਲ ਦੇਖ ਲੈਨੇ ਬਾਬੇ ਦੇ ਐ ਛਾਂਗ ਲਾਇਆ ਸੀ ਦੇਖੋ ਜੀ ਕਿਤੇ ਨਾ ਕਿਤੇ ਹੁੰਦਾ ਹੀ ਹੈਗਾ ਜਿਵੇਂ ਮੰਨ ਲਓ ਕਦੇ ਕੋਈ ਵਿਆਹ ਸ਼ਾਦੀ ਆ ਗਿਆ ਨਾ ਜਾਂ ਕੁਛ ਆ ਗਿਆਗਾ ਐ ਹੁੰਦਾਗਾ ਵੀ ਸਰੀਰ ਦੇ ਵਿੱਚ ਜਾਣ ਤਾਂ ਹੈ ਨਹੀਂਗੀ ਕਿਵੇਂ ਜਾਈਏ ਪਰ ਹੁਣ ਜਿਵੇਂ ਇਹ ਕਈ ਚੀਜ਼ਾਂ ਜੈਮ ਨੇ ਬਿਨਾ ਦਵਾਈ ਤੋਂ ਕੱਲੀ ਦੁਆ ਕੰਮ ਕਰ ਜਾਂਦੀ ਹੁੰਦੀ ਹੈ ਨਾ ਇਹ ਵੀ ਚੀਜ਼ ਸੀਗੀ ਕਿਤੇ ਨਾ ਕਿਤੇ ਜਿਹੜੀ ਮਾਤਾ ਜੀ ਨੇ ਮਤਲਬ ਵੀ ਉਹਨਾਂ ਤੋਂ ਲਈ ਕੋਈ ਦਵਾਈ ਨਹੀਂ ਕੋਈ ਕੁਛ ਨਹੀਂਗਾ मतलब ਵੀ ਸਾਰਾ ਹੀ ਥੋਲੇ ਦੇ ਨਾਲ ਠੀਕ ਹੋਏ ਨੇ ਤੇ ਹੁਣ ਉਦੋਂ ਬਾਅਦ ਕੋਈ ਹੋਰ ਦਿੱਕਤ ਤਾਂ ਨਹੀਂ ਆ ਰਹੀ ਸ੍ਰੀ ਨਾ ਜੀ ਹੁਣ ਮੈਂ ਠੀਕ ਆਂ ਜਮਾਂ ਜੀ ਬਿਲਕੁਲ ਠੀਕ ਹੈ ਹਾਂ ਹੁਣ ਨਹੀਂ ਕੁਝ ਵੀ ਦੁਖਦਾ ਮੇਰੇ ਤੇ ਹੁਣ ਜਿਵੇਂ ਸਾਡੇ ਸਰੂਤੇ ਨੇ ਬਹੁਤ ਠੀਕ ਹੈ ਜੀ ਤੇ ਉਹਨਾਂ ਨੂੰ ਵੀ ਕਈਆਂ ਨੂੰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਨੇ ਕਿ ਤੁਹਾਨੂੰ ਲੱਗਦਾ ਕਿ ਉਰੇ ਆਣਾ ਚਾਹੀਦਾ ਇੱਕ ਵਾਰ ਹਾਂਜੀ ਵੀ ਆਮਣ ਜਰੂਰ ਪਤਾ ਲੱਗਦਾ ਲਓ ਜੀ ਇੱਕ ਵਾਰ ਜਰੂਰ ਪਹੁੰਚੋ ਨਾ ਤੇ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆਂਗੇ ਆ ਕੀ ਕੀ ਹੈ ਕੀ ਚੀਜ਼ ਆ ਗੱਲਬਾਤ ਕਰਦੇ ਆ ਠੀਕ ਐ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਈ ਰਾਈਟ ਚੈਨਲ ਪੂਰੀ ਤੁਹਾਡਾ ਧੰਨਵਾਦ ਬਹੁਤ ਜਿਆਦੇ ਸਤਿ ਜੀ ਦੇਖੋ ਆਪਾਂ ਹੁਣ ਦੇਖੋ ਜਿਹੜਾ ਬੰਦਾ ਨਾ ਕੋਈ ਕਹਿੰਦੀ ਜੀ ਬਿਨਾ ਦਵਾਈ ਤੋਂ ਕਿਸੇ ਨੂੰ ਠੀਕ ਕਰ ਦੇ ਕੋਈ ਮਤਲਬ ਵੀ ਬਿਨਾ ਹੱਥ ਲਾਏ ਠੀਕ ਕਰ ਦੇ ਉਹਨੂੰ ਨਾ ਤਾਂ ਆਪਾਂ ਡਾਕਟਰ ਕਹਿ ਸਕਾਂਗੇ ਇੱਕ ਫਰਿਸ਼ਤਾ ਹੋ ਜਾਣਾ ਅਗਲੇ ਲਈ ਤੇ ਹੁਣ ਜਿਵੇਂ ਮਾਤਾ ਜੀ ਨੇ ਤੁਸੀਂ ਕਿਹਾ ਜੀ ਦਵਾ ਦੇਖੋ ਥੋਲੇ ਨਾਲ ਠੀਕ ਹੋਏ ਨੇ ਜੀ ਕਿਵੇਂ ਮਤਲਬ ਵੀ ਥੋੜਾ ਹੈ ਕੀ ਜੀ ਉਹਦੇ ਵਿੱਚ ਕੀ ਰਹਿੰਦਾ ਜੀ ਪਰਮਾਤਮਾ ਦੇ ਸ਼ਬਦ ਹੀ ਨੇ ਜੀ ਅੱਛਾ ਜੀ ਜਿਵੇਂ ਪਰ ਉਹਦੇ ਬਾਣੀ ਦੇ ਵਿੱਚ ਵੀ ਸ਼ਬਦ ਨੇ ਕੋਈ ਆਪਾਂ ਕੋਈ ਉਹ ਨਹੀਂ ਕਰਨ ਵਾਲਾ ਮਾਲਕ ਹੈ ਪਰਮਾਤਮਾ ਹੀ ਕਰਦਾ ਆਪਾਂ ਤਾਂ ਸਿਰਫ ਉਹਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਦੇ ਆ ਤੇ ਇਹਨਾਂ ਨੂੰ ਮੈਂ ਪਹਿਲਾਂ ਹੀ ਕਿਹਾ ਸੀ ਇਹ ਕਹਿੰਦੇ ਕੈਂਸਰ ਆ ਵੀ ਨੀਂਦ ਨਹੀਂ ਆਉਂਦੀ ਇੰਨੇ ਤੜਪਦੇ ਸੀਗੇ ਗੋਲੀ ਲੈਂਦੇ ਸੀਗੇ ਤੇ ਇਹਨਾਂ ਨੇ ਕੀਮੋ ਲਵਾਉਣੇ ਸੀ ਮਾ ਵੀ ਮੈਂ ਇੱਕ ਥੋੜਾ ਪਾਉਂਗਾ ਸਵੇਰ ਨੂੰ ਮੈਨੂੰ ਦੱਸ ਦਿਓ ਪਹਿ ਗੋਲੀ ਨਹੀਂ ਲੈਣੀ ਕੋਈ ਰਾਤ ਨੂੰ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਈ ਮੈਨੂੰ ਰਾਤ ਨੂੰ ਚਾਹ 12 ਵਜੇ ਫੋਨ ਮਾਰ ਲਿਓ ਵੀ ਗੋਲੀ ਕੋਈ ਵੀ ਨਹੀਂ ਲੈਣੀ ਜਿੰਨੀ ਮਰਜ਼ੀ ਪੇਨ ਕਲਰ ਆ ਵੀ ਮੈਂ ਅਰਦਾਸ ਬੇਨਤੀ ਕਰੂੰਗਾ ਪਰ ਇਹਨਾਂ ਨੂੰ ਪਹਿਲਾਂ ਹੀ ਜਦੋਂ ਮੈਂ ਕਰੀ ਅਰਦਾਸ ਬੇਨਤੀ ਤੇ ਇਹਨਾਂ ਨੂੰ ਰਾਤ ਨੂੰ ਬਿਲਕੁਲ ਦਰਦ ਨਹੀਂ ਹੋਇਆ ਦੂਸਰੇ ਦਿਨ ਦਰਦ ਹੋਇਆ ਹਲਕਾ ਜਿਹਾ ਦੂਸਰੇ ਦਿਨ ਫਿਰ ਅਰਦਾਸ ਬੇਨਤੀ ਕਰੀ ਤਿੰਨ ਥੋੜੇ ਪਾਏ ਨੇ ਇਹਨਾਂ ਦੇ ਮਤਲਬ ਬਿਲਕੁਲ ਠੀਕ ਨੇ ਇਹ ਦਰਦ ਇਹਨਾਂ ਦੇ ਖਤਮ ਨੇ ਮਤਲਬ ਪਹਿਲੇ ਥੋੜੀ ਚੀਜ਼ਾਂ ਦਾ ਖਤਮ ਹੋ ਜਾਂਦਾ ਹੋਰ ਵੀ ਮੇਰੇ ਕੋਲ ਬਹੁਤ ਕੇਸ ਨੇ ਜਿਹੜੇ ਪਹਿਲੀ ਅਰਦਾਸ ਬੇਨਤੀ ਨਾਲ ਹੀ ਠੀਕ ਹੋ ਜਾਂਦੇ ਨੇ ਹਾਂਜੀ ਤੇ ਹੁਣ ਜੀ ਮਤਲਬ ਇਹਦੇ ਵਿੱਚ ਕੋਈ ਦਵਾਈ ਨਹੀਂ ਦਿੰਦੇ ਤੁਸੀਂ ਨਹੀਂ ਦਵਾਈ ਨਹੀਂ ਦਵਾਈ ਜੇ ਦੇਣੀ ਵੀ ਹੈ ਤਾਂ ਮੇਰੇ ਕੋਲ ਜਿਵੇਂ ਹੁਣ ਨੇਵਲ ਅਮਰਤਾ ਜਾਂ ਕੋਈ ਉਹ ਮੈਂ ਦੇ ਦਿੰਦਾ ਉਹਦੇ ਨਾਲ ਐ ਵੀ ਬੈਨੀਫਿਟ ਹੋ ਜਿਵੇਂ ਕੋਈ ਉਹ ਚਾਹ 10 ਹਿੱਸੇ ਦੇ ਆਪੇ ਇੱਕ ਸੀਸੀ ਵੀ ਦੇ ਦਈਏ ਪੜ੍ਹ ਕੇ ਸ਼ਬਦ ਪੜ੍ਹ ਕੇ ਹੀ ਮੈਂ ਦਵਾਈ ਦਿੰਦਾ ਨੇਵਲ ਅਮਰਤਾ ਜਿਹੜਾ ਤੇ ਉਹ ਪੜ੍ਹਨ ਦੇ ਨਾਲ ਹੀ ਉਹ ਚ ਇੰਨੀ ਪਾਵਰ ਹੋ ਜਾਂਦੀ ਹੈ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨਾ ਜ਼ਿਆਦਾ ਕੰਮ ਕਰਦੀ ਹੈ ਡਾਵਲ ਕੰਮ ਕਰਨ ਲੱਗ ਜਾਂਦੇ ਆ ਜੀ ਤੇ ਹੁਣ ਮਤਲਬ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਹ ਜਿਹੜੇ ਵਿੱਚ ਆਪਾਂ ਦੀਦਾ ਥੋਲਾ ਕਰਦੇ ਆ ਜਾਂ ਨੇਵਲ ਅੰਮ੍ਰਿਤ ਦਵਾਈ ਦਿੰਨੇ ਆ ਕੈਂਸਰ ਹੋ ਗਿਆ ਜੀ ਜੇ ਮੈਂ ਮਰਜੀ ਕੋਈ ਜਿੱਡੀ ਮਰਜੀ ਭਿਆਨਕ ਤੋਂ ਭਿਆਨਕ ਬਿਮਾਰੀ ਆਈ ਇੱਕ ਆਪਣੇ ਲਹਿਰੇਗਾ ਅੱਗੇ ਦਾ ਕੇਸ ਸੀਗਾ ਜੀ ਉਹਦੀ ਚਾਮੜੀ 7 ਸਾਲ ਦਾ ਬੈਟ ਦੇ ਉੱਤੇ ਪਿਆ ਸੀਗਾ ਬਿਲਕੁਲ ਗਲ ਗਈ ਸਾਰੇ ਡਾਕਟਰ ਕੋਈ ਵੀ ਉਹਨੂੰ ਕਹਿੰਦਾ ਨਹੀਂ ਜੀ ਠੀਕ ਹੋ ਜੂ ਉਹਦੇ ਉੱਤੇ ਮੇਰਾ 1.5 ਮਹੀਨਾ ਲੱਗ ਗਿਆ ਅਰਦਾਸ ਬੇਨਤੀ ਕਰਦੇ ਨੂੰ ਮਰ ਲਓ ਬਿਲਕੁਲ ਠੀਕ ਆ ਹੁਣ ਹਰਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਕੇ ਆਇਆ ਉਹ ਕਹਿੰਦਾ ਮੇਰੇ ਜ਼ਖਮ ਸਾਰੇ ਠੀਕ ਹੋ ਗਏ ਤੇ ਕਿੰਗਲੈਂਡ ਦਾ ਕੇਐਸਆਈ ਡਾਕਟਰ ਨੇ ਉਹਨੂੰ ਕਹਤਾ ਹੀ ਲੱਤ ਕੱਟਣੀ ਪਊ ਉਹਨੂੰ ਬ੍ਰੇਨ ਟੈਕ ਹੋ ਗਈ ਬੋਲ ਨਹੀਂ ਰਿਹਾ ਸੀਗਾ ਉਹ ਬੋਲਣ ਵੀ ਸਹੀ ਲੱਗ ਗਿਆ ਤੇ ਮੇਰੇ ਕੋਲ ਵੀਡੀਓ ਦਿੱਲੀ ਉਹਦੀ ਅਰਦਾਸ ਬੇਨਤੀ ਕਰਦਾ ਤਿੰਨ ਮਹੀਨੇ ਹੋ ਗਏ ਮੈਨੂੰ ਅਰਦਾਸ ਬੇਨਤੀ ਕਰਦੇ ਨੂੰ ਤੇ ਡਾਕਟਰਾਂ ਨੇ ਕਹੀ ਉਹਦੀ ਲੱਤ ਕੱਟਣੀ ਪਊ ਮੈਂ ਕਿਹਾ ਵੀ ਨਹੀਂ ਲੱਤ ਕੱਟੇ ਨਹੀਂ ਪੈਂਦੀ 20 ਦਿਨ ਤੁਸੀਂ ਇਹਨੂੰ ਬਚਾ ਲਓ ਡਾਕਟਰਾਂ ਤੋਂ 2 ਤੇ ਉਹਦਾ ਜ਼ਖਮ ਬਿਲਕੁਲ ਨੋਰਮਲ ਹੋ ਗਿਆ ਭਰ ਗਿਆ ਹੁਣ ਮਤਲਬ ਠੀਕ ਆ ਲਤਕਟਣ ਤੋਂ ਵੀ ਬਚ ਗਿਆ ਉਹ ਪਰਮਾਤਮਾ ਨੇ ਉਹਦੀ ਉੱਤੇ ਤੱਕ ਵੀ ਸਹਾਇਤਾ ਕੀਤੀ ਆਈ ਹਾਂਜੀ ਲੋ ਜੀ ਦੇਖੋ ਮਤਲਬ ਐਡੇ ਐਡੇ ਕੇਸ ਠੀਕ ਹੋ ਜਾਂਦੇ ਨੇ ਨਾ ਇੱਕ ਅਰਦਾਸ ਬੇਨਤੀ ਨਾਲ ਕੋਈ ਅਲੱਗ ਤੋਂ ਅਲੈਦਾ ਚੀਜ਼ ਨਹੀਂ ਇੱਕ ਬਾਣੀ ਦੇ ਵਿੱਚੋਂ ਲਈ ਹੀ ਕੁਝ ਸ਼ਬਦ ਹੁੰਦੇ ਨੇ ਭਾਈ ਜੀ ਕਹਿੰਦੇ ਤੇ ਜੀ ਹੁਣ ਮਤਲਬ ਤੁਹਾਨੂੰ ਇਹ ਇਹਦੇ ਵਾਸਤੇ ਵੀ ਬੰਦੇ ਨੂੰ ਆਉਣਾ ਪੈਂਦਾ ਖੁਦ ਤੁਹਾਡੇ ਕੋਲ ਵੀ ਇੱਕ ਵਾਰ ਆ ਜੇ ਤਾਂ ਬਹੁਤ ਵਧੀਆ ਗੱਲ ਆਈ ਦੁਬਾਰੇ ਜ਼ਰੂਰਤ ਨਹੀਂ ਆਉਂਦੀ ਇੱਕ ਵਾਰ ਆ ਜੇ ਤਾਂ ਚੰਗੀ ਤਰ੍ਹਾਂ ਮਤਲਬ ਉਹਦੇ ਉੱਤੇ ਹੋ ਜਾਂਦਾ ਹੀ ਨਹੀਂ ਤਾਂ ਜੇ ਨਹੀਂ ਆ ਸਕਦਾ ਤਾਂ ਫੋਨ ਦੇ ਉੱਤੇ ਵੀ ਕਨੈਕਟ ਹੋ ਜਾਂਦਾ ਹੀ ਕੋਈ ਗੱਲ ਨਹੀਂ ਤੇ ਪਤਾ ਕੀ ਆ ਬਣਾ ਜੀ ਉਹ ਦੱਸ ਦੋ ਜਰੂਰ ਪੱਕਾ ਆਪਣਾ ਗੁਰੂ ਨਾਨਕ ਮਾਰਕੀਟ ਹੈ ਓਪੋਜੀਟ ਟਰੱਕ ਜਨ ਧੂਰੀ ਹਾਂਜੀ ਲੋ ਜੀ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਸਕਦੇ ਹੋ ਤੁਸੀਂ نیچے ਨੰਬਰ ਚੱਲ ਰਹੇ ਹੋਣਗੇ ਸਕਰੀਨ ਦੇ ਉੱਪਰ ਤੁਸੀਂ ਗੱਲਬਾਤ ਕਰਕੇ ਇਹਨਾਂ ਨਾਲ ਠੀਕ ਹੈ ਜੀ ਰਾਬਤਾ ਕਰ ਸਕਦੇ ਹੋ ਕੋਈ ਬਿਮਾਰੀ ਹੈਗੀ ਤਾਂ ਉਹ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ نیچے ਨੰਬਰ ਦਿੱਤੇ ਹੋਣਗੇ ਡਿਸਕ੍ਰਿਪਸ਼ਨ 'ਚ ਨੰਬਰ ਹੋਣਗੇ ਤੇ ਮਿਲਾਂਗੇ ਅਗਲੀ ਵੀਡੀਓ ਚ ਕਿਸੇ ਹੋਰ ਟੌਪਿਕ ਤੇ ਵਿਸ਼ੇ ਦੇ ਵਿੱਚ ਅਗਰ ਕੋਈ ਹੋਰ ਕੋਈ ਐਦਾਂ ਦਾ ਪੀੜਤ ਹੋਇਆ ਜਿਹੜੇ ਠੀਕ ਹੋਏ ਹੋਣਗੇ ਆਪਾਂ ਜਰੂਰ ਰੂਬਰੂ ਕਰਾਵਾਂਗੇ ਠੀਕ ਹੈ ਜੀ ਸਸੀ ਕਾ ਜੀ